ਮੈਂ ਨਾ ਬਾਹਰ ਗਿਆ ਹੁੰਦਾ ਕਾਸ਼ ਮੈਂ ਵੀ ਨਾ ਲਾਉਂਦਾ ਜੀ, ਮੈਂ ਵੀ ਜਾ ਕਿਤੇ ਜੋਬ ਕਰਦਾ ਹੁੰਦਾ ਜਾਂ ਫਾਦਰ ਸਾਹਿਬ ਨਾਲ ਰਵਾਇਤੀ ਖੇਤੀ ਉਹ ਕਰਦਾ ਹੁੰਦਾ, ਕਿਉਂ ਬਾਹਰ ਜਾ ਕੇ ਅਸਲ 'ਚ ਅਕਲ ਬਾਹਰ ਜਾ ਕੇ ਹੁੰਦੀ। ਜਦੋਂ ਅਸੀਂ ਬਾਹਰ ਜਾ ਕੇ ਦੇਖਿਆ ਉੱਥੇ ਵੀ ਅਸੀਂ ਹੁਣ 18 ਘੰਟੇ ਕੰਮ ਕਰਦੇ ਸੀ, ਜਦ ਉੱਥੇ ਉਹ ਚੀਜ਼ ਦੇਖੀ ਵੀ ਯਾਰ ਜੇ ਇੱਥੇ ਆਪਾਂ 18 ਘੰਟੇ ਕੰਮ ਕਰਦੇ ਹਾਂ ਕਿਉਂ ਨਾ ਜੀ ਆਪਦੇ ਘਰ ਜਾ ਕੇ ਕੋਈ ਵੱਖਰਾ ਕੰਮ ਕੀਤਾ ਜਾਵੇ, ਹੈ ਨਾ। ਅਤੇ ਇੱਕ ਤਾਂ ਜੋ ਹੈਲਥ ਕੌਂਸਲ ਹੋਵੇ ਜਿਹਦੇ ਨਾਲ ਲੋਕਾਂ ਦੀ ਅਸੀਂ ਸਿਹਤ ਵੀ ਸੁਧਾਰ ਸਕੀਏ ਅਤੇ ਕੰਮ ਵੀ ਉੱਦਾਂ ਦਾ ਹੋਵੇ ਅਤੇ ਸਾਡੀ ਖੇਤੀ ਨੂੰ ਵੀ ਜੋੜ ਸਕੀਏ, ਹੈ ਨਾ। ਅਤੇ ਬਾਕੀ ਜਿਹੜੀ ਤੁਸੀਂ ਸੰਗ ਵਾਲੀ ਗੱਲ ਕਰਦੇ ਹੋ ਬਾਹਰ ਜਾ ਕੇ ਉੱਤਰ ਜਾਂਦੀ ਜੀ। ਮੇਰਾ ਨਾਂ ਸੰਦੀਪ ਸਿੰਘ ਹੈ ਜੀ ਅਤੇ ਕੋਟ ਖੁਰਦ ਮੇਰਾ ਪਿੰਡ ਹੈ ਜੀ, ਤਹਿਸੀਲ ਨਾਭਾ, ਡਿਸਟ੍ਰਿਕਟ ਪਟਿਆਲਾ। ਅਤੇ ਅਸੀਂ ਗੰਨੇ ਦੀ ਔਰਗੈਨਿਕ ਖੇਤੀ ਕਰਦੇ ਹਾਂ ਅਤੇ ਗੰਨੇ ਤੋਂ ਜੂਸ ਬਣਾ ਕੇ ਜੀ ਆਪਦੇ ਪ੍ਰੋਡਕਟ ਸੇਲ ਕਰਦੇ ਜੀ ਆਪਦੀ ਸ਼ੋਪ 'ਤੇ। ਇਸ ਦੇ ਵਿੱਚ ਜੀ ਅਸੀਂ ਆਪਣਾ ਗੰਨੇ ਦਾ ਜੂਸ ਵਿਦਾਊਟ ਐਸ ਠੰਡਾ ਜੀ, ਯਾਨੀ ਸਾਡਾ ਆਪਦਾ ਜੋ ਅਸੀਂ ਪ੍ਰੋਸੈਸ ਕਰਦੇ ਹਾਂ ਗੰਨਾ ਜੋ ਅਸੀਂ ਉਗਾਉਂਦੇ ਹਾਂ ਜੀ, ਉਹੀ ਆਪਦਾ ਜੂਸ ਇੱਥੇ ਸੇਲ ਕਰਦੇ ਹਾਂ ਜੀ। ਅਤੇ ਨਾਲ ਇਸ ਤੋਂ ਗੁੜ ਸ਼ੱਕਰ, ਅਤੇ ਸਰਦੀਆਂ ਦੇ ਮਹੀਨੇ ਦੇ ਵਿੱਚ ਜਨਵਰੀ, ਫਰਵਰੀ, ਮਾਰਚ 3 ਮਹੀਨੇ ਅਸੀਂ ਗੁੜ ਸ਼ੱਕਰ ਵੀ ਸੇਲ ਕਰਦੇ ਹਾਂ ਅਤੇ ਬਾਕੀ ਪੂਰਾ ਸਾਲ ਅਸੀਂ ਜੂਸ ਸੇਲ ਕਰਦੇ ਹਾਂ। ਅਤੇ ਗੰਨੇ ਦੇ ਜੂਸ ਨੂੰ ਅਸੀਂ ਵੱਖਰੋ ਵੱਖਰੇ ਫਰੂਟ ਐਡ ਕਰਕੇ ਜੀ 10 ਤੋਂ 12 ਫਲੇਵਰ ਤਿਆਰ ਕਰਦੇ ਹਾਂ। ਇੱਕ ਤਾਂ ਸਿੰਪਲ ਗੰਨਾ ਜੀ ਲੈਮਨ ਦੇ ਨਾਲ, ਅਤੇ ਗੰਨੇ ਦੇ ਨਾਲ ਮਿੰਟ ਜੀ, ਮੈਂਗੋ, ਸਟ੍ਰੋਬਰੀ, ਅਤੇ ਗੰਨੇ ਦੇ ਵਿੱਚ ਪਾਈਨਐਪਲ ਜੀ ਅਤੇ ਇਲਾਇਚੀ ਜੀ, ਅਤੇ ਗੰਨੇ ਦੇ ਵਿੱਚ ਐਪਲ ਅਤੇ ਗੰਨੇ ਦਾ ਮਿਕਸ ਫਰੂਟ ਜੀ। ਖੇਤੀ ਕਰਦੇ ਜੀ ਪਹਿਲਾਂ ਤੋਂ, ਅਤੇ ਪਹਿਲਾਂ ਅਸੀਂ ਰਵਾਇਤੀ ਖੇਤੀ ਕਰਦੇ ਸੀ। ਜਦੋਂ ਤਾਂ ਮੈਂ ਬਾਹਰੋਂ ਆਇਆ ਜੀ, ਮੈਂ ਪਹਿਲਾਂ 14 ਸਾਲ ਜੋਬ ਕੀਤੀ ਸਾਊਦੀ ਅਰਬ ਦੇ ਵਿੱਚ ਜੀ। ਬਾਹਰੋਂ ਆ ਕੇ ਜੀ ਫਿਰ ਅਸੀਂ ਔਰਗੈਨਿਕ ਖੇਤੀ ਵੱਲ, 5 ਏਕੜ ਦੇ ਵਿੱਚ ਹੁਣ ਅਸੀਂ ਗੰਨੇ ਦੀ ਔਰਗੈਨਿਕ ਖੇਤੀ ਕਰਦੇ ਹਾਂ। ਇੰਨਾ ਵੀ ਗੰਨਾ, ਗੰਨੇ ਦੀਆਂ ਜੋ ਵੀ ਜੂਸ ਸਟਾਲਾਂ ਲੱਗਦੀਆਂ ਨੇ ਸਾਰੀਆਂ ਪ੍ਰਵਾਸੀ ਮਜ਼ਦੂਰ ਆ ਕੇ ਲਾਉਂਦੇ ਆ, ਹੈ ਨਾ। ਜੋ ਕੋਈ ਯੂਪੀ ਦੇ ਲਾ ਕੇ ਆਉਂਦੇ ਆ ਜਾਂ ਬਿਹਾਰ ਦੇ ਆ ਕੇ ਲਾਉਂਦੇ ਆ, ਹੈ ਨਾ। ਅਤੇ ਤੁਸੀਂ ਉਹਨਾਂ ਦਾ ਜੋ ਕੰਮ ਪ੍ਰੋਸੈਸ ਵੀ ਦੇਖਿਆ ਨਾ, ਕਿੱਦਾਂ ਮੱਖੀਆਂ ਹੁੰਦੀਆਂ ਨੇ ਅਤੇ ਉਹ ਆਮ ਲੋਹੇ ਦੀਆਂ ਘਲਾੜੀਆਂ ਜੋ ਇੰਜਨ ਵਾਲੀਆਂ ਹੁੰਦੀਆਂ ਨੇ ਤੇਲ ਵਾਲੀਆਂ, ਉਹ ਯੂਜ਼ ਕਰਕੇ ਸਾਰਾ ਗੰਨੇ ਦਾ ਕੰਮ ਚੱਲਦਾ ਸੀ। ਪਰ ਜਿਹੜੀ ਸਾਡੇ ਵਿੱਚ ਕੋਲ ਇਹਨਾਂ ਕੋਲ ਮਸ਼ੀਨਾਂ ਲੱਗੀਆਂ ਹੋਈਆਂ ਨੇ, ਸਾਰੀਆਂ ਹਾਈਜੈਨਿਕ ਨੇ ਅਤੇ ਸਟੀਲ ਦੀ ਮਸ਼ੀਨ ਲੱਗੀ ਹੋਈ ਆ, ਅਤੇ ਜਿਹਦੇ ਵਿੱਚ ਇੱਦਾਂ ਦਾ ਕੋਈ ਯਾਨੀ ਤੇਲ ਤੂਲ ਵਾਲਾ ਸਿਸਟਮ ਨਹੀਂ ਹੈਗਾ ਅਤੇ 1 ਟਾਈਮ ਕਰਸ਼ਿੰਗ ਆ, ਇਹਦੇ ਵਿੱਚ ਉਹ ਕੰਮ ਨਹੀਂ ਹੈਗਾ ਦੂਜੀਆਂ ਘਲਾੜੀਆਂ ਵਾਂਗੂ ਜੇ ਗੰਨਾ ਵਾਰ ਵਾਰ ਲਾਉਣਾ, ਇਸਨੇ ਇੱਕ ਵਾਰ ਦੇ ਵਿੱਚ ਗੰਨੇ ਦਾ ਜੂਸ ਨਿਕਲ ਜਾਂਦਾ ਜੀ। ਇਹ ਮਸ਼ੀਨਾਂ ਤਾਂ ਜੀ ਮੈਂ ਗੁਜਰਾਤ ਤੋਂ ਮੰਗਾਈਆਂ ਜੀ, ਆਪਣੇ ਤਾਂ ਮਿਲਦੀ ਨਹੀਂ ਹੈਗੀਆਂ ਪੰਜਾਬ 'ਚ ਇਹ। ਅਤੇ ਬਾਕੀ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਨਾ, ਪਹਿਲਾਂ ਫੋਰਨ ਦੇ ਵਿੱਚ ਦੇਖਿਆ, ਉਹਨੂੰ ਦੇਖ ਕੇ ਆਪ ਟਰਾਈ ਕਰਕੇ ਫਿਰ ਸ਼ੁਰੂ ਕੀਤਾ ਜੀ। ਅਤੇ ਬਾਕੀ ਸਾਡੇ ਇੱਕ ਬਿਪਨ ਸਰਾਈ ਜੀ ਵੀ ਨੇ ਅਮਾਲਾ ਤੋਂ, ਅਤੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਚੱਲਦੀ ਰਹਿੰਦੀ ਜੀ। ਉਹ ਇੱਕ ਪੂਰੇ ਵਿਗਿਆਨੀ ਨੇ ਜੀ ਗੰਨੇ ਦੇ। ਇਹ ਬੈਨ ਆ ਜੀ, ਇਹ ਮੈਂ ਦੇਖੀ ਸੀ ਬਾਹਰ ਜੀ, ਬਾਹਰ, ਕਿਉਂਕਿ ਬਾਹਰ ਫੂਡ ਟਰੱਕ ਸਾਰੇ ਸੇਮ ਹੀ ਬਣੇ ਹੁੰਦੇ ਜੀ, ਅਤੇ ਉਸੇ ਚੀਜ਼ ਨੂੰ ਮੈਂ ਮਾਇੰਡ 'ਚ ਰੱਖ ਕੇ ਮੈਂ ਉਹਦੀਆਂ ਫੋਟੋ ਫੂਟੋ ਕੀਤੀ ਹੋਈ ਸੀ, ਜੋ ਮੈਂ ਡਿਜ਼ਾਇਨ ਕਰਾਈ ਆ ਆਪਣੀ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਜੀ, ਅਤੇ ਉਹੀ ਚੀਜ਼ ਦੇਖ ਕੇ ਬਣਾਈ ਆ ਸਾਰੀ। ਇਹਦੇ ਏਅਰ ਕੰਡੀਸ਼ਨ ਆ ਪੂਰੀ, ਅਤੇ ਇਹਦੇ ਵਿੱਚ ਹੁਣ ਜਿਹੜੇ ਮੁੰਡੇ ਕੰਮ ਕਰ ਰਹੇ ਨੇ, ਇਹ ਨਹੀਂ ਹੈਗਾ ਵੀ ਅੰਦਰ ਗਰਮੀ 'ਚ ਕੱਢ ਰਹੇ ਜੀ, ਪੂਰਾ ਇਹਨਾਂ ਨੇ ਏਸੀ ਲਾ ਕੇ ਆਪਣੀ ਕਨੇਡਾ ਵਾਲੀ ਫੀਲਿੰਗ ਉਹਨਾਂ ਨੂੰ ਅੰਦਰ ਹੀ ਹੁੰਦੀ ਆ ਜੀ, ਬਾਕੀ ਸੀਸੇ ਬੰਦ ਆ ਜੀ, ਜੋ ਕਿ ਮੱਖੀ ਨਹੀਂ ਆਉਣੀ ਹੈਗੀ ਅੰਦਰ, ਬਿਲਕੁਲ ਓਕੇ ਜੀ। ਹਾਂਜੀ, ਸਟਾਰਟਿੰਗ ਦੇ ਵਿੱਚ ਤਾਂ ਪਹਿਲਾਂ ਪਰਿਵਾਰ ਹੀ ਨਹੀਂ ਮੰਨਦਾ ਸੀ ਜੀ, ਪਹਿਲਾਂ ਤਾਂ ਮੈਨੂੰ ਪਰਿਵਾਰ ਨੇ ਆਪਦੇ ਨਾਲ ਵੱਢ ਵੀ ਕਰਤਾ ਸੀ ਜੀ, ਪਰ ਜਦੋਂ ਹੁਣ ਦੇਖਿਆ ਉਹਨਾਂ ਨੇ ਵੀ ਹਾਂ ਵੀ ਬਹੁਤ ਵਧੀਆ ਕੰਮ ਆ, ਹੈ ਨਾ, ਵੀ ਇੱਕ ਤਾਂ ਅਸੀਂ ਆਪਣੀ ਖੈਰ ਇੱਕ ਮੇਨ ਚੀਜ਼ ਆ ਜੀ, ਦੇਖੋ ਨੈਕਸਟ ਟਾਈਮ ਖੇਤੀ ਦਾ ਫਿਊਚਰ ਹੈ ਨਹੀਂ, ਹੈ ਨਾ ਜੀ, ਕਿਉਂਕਿ ਜੋ ਅਸੀਂ ਕਣਕ ਝੋਨੇ ਦੀ ਖੇਤੀ ਹੁੰਦੀ ਹੈ ਜ਼ਿਆਦਾਤਰ ਪੰਜਾਬ ਦੇ ਵਿੱਚ, ਤੁਸੀਂ ਹੁਣ ਦੇਖੋ ਸਰ, ਪਹਿਲਾਂ ਹੀ ਹੁਣ ਪੰਜਾਬ ਦਾ ਆਪਾਂ ਨੇ 1.5 ਸਾਲ ਵਾਂਗੂ ਦਿੱਲੀ ਬੈਠ ਰਿਹਾ, ਹੈ ਨਾ। ਅਤੇ ਕਿਉਂਕਿ ਉਹ ਵੀ ਉਹੀ ਜੋ ਆਪਣਾ MSP ਦਾ ਸਿਸਟਮ ਚੱਲਦਾ ਸੀ ਨਾ, ਕਿਉਂਕਿ ਫਿਊਚਰ ਹੈ ਨਹੀਂ ਕਿ ਹੁਣ ਅਸੀਂ ਝੋਨੇ ਦੀ ਖੇਤੀ ਕਰੀ ਵੀ ਜਾਵਾਂਗੇ ਕਿੰਨਾ ਟਾਈਮ ਕਰ ਲਾਂਗੇ, 10 ਸਾਲ ਪਾਣੀ ਵੈਸੇ ਹੀ ਪੰਜਾਬ 'ਚ ਖਤਮ ਹੋ ਰਿਹਾ ਜੀ। ਇੱਕ ਤਾਂ ਸਾਡੀ ਮੇਨ ਖੇਤੀ ਜੁੜ ਗਈ ਹੈ ਨਾ, ਇਹਦੇ ਨਾਲ ਸਾਡੀ ਖੇਤੀ ਵੱਖਰੀ ਹੋ ਗਈ, ਅਤੇ ਉਸ ਤੋਂ ਬਾਅਦ ਅਸੀਂ ਆਪਦਾ ਪ੍ਰੋਡਕਟ ਅਸੀਂ ਆਪ ਸੇਲ ਕਰਦੇ। ਅਸੀਂ ਅੱਜ ਗੰਨਾ ਜੂਸ ਕਰ ਰਹੇ ਹਾਂ, ਇਹ ਸਾਡੇ ਖੇਤ 'ਚੋਂ ਕੱਲ੍ਹ ਕੱਟਿਆ ਗਿਆ, ਯਾਨੀ ਸਾਡਾ ਦੂਜੀ ਘਲਾੜੀਆਂ ਵਾਲਾ ਕੰਮ ਨਹੀਂ ਹੈਗਾ ਵੀ ਜਿਵੇਂ, ਕਿਉਂਕਿ ਵੈਸੇ ਪੰਜਾਬ ਦੇ ਵਿੱਚ ਜੂਸ ਵਾਸਤੇ ਗੰਨਾ ਬਹੁਤ ਘੱਟ ਲੋਕ ਯੂਜ਼ ਕਰਦੇ, ਹੈ ਨਾ, ਕਰਦੇ ਨਹੀਂ ਹੈਗੇ ਤਕਰੀਬਨ, ਕਿਉਂਕਿ ਸਾਰਾ ਗੰਨਾ ਯੂਪੀ ਜਾਂ ਮਹਾਰਾਸ਼ਟਰ ਸਾਈਡ ਤੋਂ ਆਉਂਦਾ, ਹੈ ਨਾ। ਦੇਖੋ ਉਹਨੂੰ ਆਉਂਦੇ ਆਉਂਦੇ ਨੂੰ ਕਿੰਨੇ ਦਿਨ ਲੱਗ ਜਾਣੇ, 5 ਤੋਂ 4 ਦਿਨ ਤਾਂ ਉਹਨੂੰ ਖੇਤਾਂ 'ਚ ਲੱਗ ਜਾਂਦੇ ਉੱਥੇ, ਅਤੇ 3 ਤੋਂ 4 ਦਿਨ ਟਰੈਕਿੰਗ 'ਚ ਲੱਗ ਜਾਂਦੇ ਆ, ਅਤੇ ਇੱਥੇ ਆ ਕੇ ਵੀ ਉਹਨਾਂ ਨੇ ਜਦੋਂ ਠੇਕੇਦਾਰ ਕੋਲ ਆਉਂਦਾ 4-5 ਦਿਨ ਜਾਂ ਹਫ਼ਤਾ ਉਹ ਸਟੋਰਾਂ 'ਚ ਪਿਆ ਰਹਿੰਦਾ, ਯਾਨੀ ਖੇਤ ਤੋਂ ਲੈ ਕੇ ਘਲਾੜੀ ਤੱਕ, ਯਾਨੀ ਜੂਸ ਦੀ ਕਰੇੜੀ ਤੱਕ ਆਉਂਦੇ ਆਉਂਦੇ ਗੰਨੇ ਨੂੰ ਘੱਟੋ ਘੱਟ 1 ਮਹੀਨਾ ਲੱਗ ਜਾਂਦਾ ਜੀ। ਹੁਣ ਤੁਸੀਂ ਆਪ ਹਿਸਾਬ ਲਾਓ 1 ਮਹੀਨੇ ਤੱਕ ਉਹਦਾ ਕੀ ਹਾਲ ਹੁੰਦਾ ਨਾ ਜੀ, ਉਹੀ ਜੂਸ ਆਪਣੇ ਸਰਵ ਕਰਦੇ ਸਾਰੇ ਪੰਜਾਬ 'ਚ। ਪਰ ਸਾਡਾ ਪ੍ਰੋਸੈਸ ਹੋਰ ਆ, ਜੋ ਅਸੀਂ ਅੱਜ ਗੰਨਾ ਯੂਜ਼ ਕਰ ਰਹੇ ਇੱਥੇ, ਇਹ ਸਾਡੇ ਖੇਤ 'ਚੋਂ ਕੱਲ੍ਹ ਕੱਟਿਆ ਗਿਆ, ਕੱਲ੍ਹ ਕੱਟ ਕੇ ਉਸ ਤੋਂ ਬਾਅਦ ਸਾਡੇ 2 ਵਰਕਰ ਉੱਥੇ ਲੱਗੇ ਹੋਏ ਨੇ ਜੀ, ਉਹਨਾਂ ਨੇ ਕੱਟਣਾ ਜਾਂ ਵਿੱਚੋਂ ਕੋਈ ਖਰਾਬ ਪੂਰੀ ਆ, ਕਾਣੀ ਪੂਰੀ ਆ, ਉਹਨੇ ਕੱਢ ਕੇ ਬਾਹਰ ਕਰ ਦੇਣਾ ਜੀ, ਅਤੇ ਉਸ ਤੋਂ ਬਾਅਦ ਉਹਨੂੰ ਧੋਣਾ ਚੰਗੀ ਤਰ੍ਹਾਂ ਵਾਸ਼ ਕਰਕੇ ਜੀ, ਸ਼ਾਮ ਨੂੰ ਸਾਡੇ ਘਰ ਆ ਜਾਂਦਾ, ਜਦੋਂ ਅਸੀਂ ਉਦੋਂ ਸ਼ਾਮ ਨੂੰ ਘਰ ਜਾਂਦੇ ਹਾਂ ਜੀ, ਜਾ ਕੇ ਉਹ ਗੰਨੇ ਨੂੰ ਡੀਫਰੀਜ਼ਰ ਕਰ ਦਿੰਦੇ ਜੀ, ਅਤੇ ਸਾਡਾ ਗੰਨਾ ਦੂਜੇ ਦਿਨ ਉਹੀ ਡੀਫਰੀਜ਼ਰ ਵਾਲਾ ਗੰਨਾ ਵਿਦਾਊਟ ਆਇਸ ਠੰਡਾ ਯੂਜ਼ ਕਰਦੇ ਜੀ। ਜਗ੍ਹਾ ਜੀ ਇਹ ਨਾਭੇ ਦਾ ਬ੍ਰਿਜ, 1K ਬ੍ਰਿਜ ਆ ਜੀ, ਇੱਥੋਂ ਸੰਗਰੂਰ ਰੋਡ ਦੇ ਆਉਂਦਾ ਜੀ, ਇਸੇ ਉੱਪਰ ਸਾਡਾ ਫਾਰਮ ਆ, ਇੱਥੋਂ 8 ਕਿਲੋਮੀਟਰ ਅੱਗੇ ਜਾ ਕੇ ਸਾਡਾ ਫਾਰਮ ਆ ਜੀ,
ਪੁਲ ਦੇ ਥੱਲੇ ਆ ਜੀ ਇਹ ਜਗ੍ਹਾ ਇੱਕੇ ਪੁਲ ਆ ਜੀ ਨਾਭੇ ਦੇ ਵਿੱਚ ਸੰਗਰੂਰ ਰੋਡ ਦੇ ਅਤੇ ਇਸ ਤੋਂ ਬਾਅਦ ਅਸੀਂ ਸ਼ਾਮ ਨੂੰ 4 ਵਜੇ ਚਲੇ ਜਾਂਦੇ ਪਟਿਆਲਾ ਗੇਟ ਪਟਿਆਲਾ ਗੇਟ ਕਾਲਜ ਕਰਾਉਣਾ ਜੀ ਉੱਥੇ 4 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਉੱਥੇ ਲਾਉਂਦੇ ਬਹੁਤ ਵਧੀਆ ਪ੍ਰੋਫਿਟ ਹੈ ਜੀ ਜਦੋਂ ਦੇਖੋ ਜੀ ਇੱਕ ਤਾਂ ਹੁਣ ਅਸੀਂ ਗੰਨਾ ਸਾਡਾ ਅੱਜ ਦਾ ਮਿੱਲ ਦਾ ਰੇਟ 360 ਰੁਪਏ ਗੰਨਾ ਹੈ ਨਾ ਜੀ ਜੇ ਅਸੀਂ ਇਹਦੇ ਵਿੱਚ ਸੇਲ ਕਰਦਾ ਸਾਡਾ ਆਪਦਾ ਆਪ ਪ੍ਰੋਡਕਟ ਸੇਲ ਕਰਦਾ ਤਕਰੀਬਨ 10 ਗੁਣੇ ਦਾ ਫਰਕ ਪੈ ਜਾਂਦਾ ਜੀ ਤਾਂ ਪ੍ਰੋਫਿਟ ਬਹੁਤ ਵਧੀਆ ਜੀ ਸੁਕਰਾ ਮਾਰਕ ਦਾ ਜੀ ਪਰ ਹਾਰਡ ਵਰਕ ਬਹੁਤ ਆ ਜੀ ਅਤੇ ਸਾਨੂੰ ਦੇਖ ਕੇ ਸਾਡੇ ਨਾਭੇ ਦੇ ਵਿੱਚ ਵੀ 3-4 ਬੰਦੇ ਨੇ ਪਹਿਲਾਂ ਕੀਤਾ ਪਰ ਹਾਰਡ ਵਰਕ ਦੇਖ ਕੇ ਪਿੱਛੇ ਹਟ ਗਏ ਕਿਉਂਕਿ ਹਾਰਡ ਵਰਕ ਤੁਹਾਨੂੰ ਪਤਾ ਜਿਹੜਾ ਬੰਦਾ ਜਾਂ ਬਾਹਰ ਰਿਹਾ ਜਾਂ ਜਿਹਨੇ ਸਾਹਿਬ ਆਪਣੇ ਜਾਣੀ ਬਾਹਰ ਰਹਿ ਕੇ ਆਪਣੇ ਉੱਪਰ ਹੰਡਾਇਆ ਜੀ ਉਹੀ ਕਰ ਸਕਦਾ ਕੰਮ ਅਤੇ ਅਸੀਂ ਕਹਿਣਾ ਵੀ ਚਾਹੁੰਦੇ ਹਾਂ ਇਹ ਗੱਲ ਵੀ ਜੋ ਬੰਦੇ ਨੇ ਕੋਈ ਨਵਾਂ ਕੰਮ ਜਾਣੀ ਸ਼ੁਰੂ ਕਰਨਾ ਤਾਂ ਇੱਕ ਵਾਰੀ ਆ ਕੇ ਸਾਡਾ ਹਾਰਡ ਵਰਕ ਜ਼ਰੂਰ ਦੇਖੇ 5-4 ਦਿਨ ਸਾਡੇ ਕੋਲ ਰਹੇ ਅਸੀਂ ਰਹਿਣ ਦਾ ਪ੍ਰਬੰਧ ਵੀ ਕਰਦਾ ਕੋਈ ਗੱਲ ਨਹੀਂ ਜੇ ਉਸ ਤੋਂ ਬਾਅਦ ਸ਼ੁਰੂ ਕਰਿਆ ਅਸੀਂ ਉਦੋਂ 9:30 ਵਜੇ ਚੱਲਣਾ ਜੀ ਇੱਥੋਂ ਉੱਧਰੋਂ ਸਾਨੂੰ 9:30 ਤੋਂ ਚੱਲਦੇ ਚੱਲਦੇ ਜੀ ਪਿੰਡ ਪਹੁੰਚਦੇ ਪਹੁੰਚਦੇ 11 ਵੱਜ ਜਾਣੀ ਫਿਰ ਜਾ ਕੇ ਵਾਸ਼ਿੰਗ ਕਰਨਾ ਸਾਰੇ ਦੁਬਾਰੇ ਗੰਨਾ ਲੋਡ ਕਰਨਾ ਅਤੇ ਇਹ ਟਾਈਮ ਨੂੰ ਸਾਨੂੰ ਮੈਨੂੰ ਪੈਂਦੇ ਪੈਂਦੇ 12 ਵੱਜ ਜਾਂਦੇ ਜੀ ਸਵੇਰੇ 4:30 ਉੱਠ ਕੇ ਫਿਰ ਮੈਂ ਮੰਡੀ ਜਾਣਾ ਜੀ ਮੰਡੀ ਨੂੰ ਜਾ ਕੇ ਆ ਕੇ ਫਿਰ ਮੈਂ ਭਾਂਡੇ ਆਪ ਧੋਣੇ ਕਿਉਂਕਿ ਹੁਣ ਮੇਰੀ ਮੈਡਮ ਆਪਣੇ ਆਪਰੇਸ਼ਨ ਕਰਾਇਆ ਹੋਇਆ ਕਰਕੇ ਥੋੜ੍ਹਾ ਉਹਨਾਂ ਦੀ ਪ੍ਰੋਬਲਮ ਜੀ ਆ ਗਈ ਸੀ ਹੁਣ ਮੈਂ 2 ਮਹੀਨੇ ਤੋਂ ਭਾਂਡੇ ਵੀ ਆਪੇ ਧੋਣੇ ਪੈਂਦੇ ਆ ਮੈਨੂੰ ਤਾਂ ਵੀ ਮੈਨੂੰ ਤਕਰੀਬਨ 8 ਵੱਜ ਜਾਂਦੇ ਜੀ 8 ਵਜੇ ਤੋਂ ਬਾਅਦ ਨਹਾਉਣਾ ਰੋਟੀ ਖਾਣੀ ਜਿਹੜੀ ਫਿਰ ਆਏ ਜੇ ਉਰੇ ਉਨੀ ਹਾਰਡ ਵਰਕ ਕੀਤਾ ਜਾਵੇ ਫਿਰ ਤਾਂ ਸਾਰਾ ਕੁਛ ਇੱਥੇ ਹੈਗਾ ਹੈ ਨਾ ਜੀ ਪਰ ਜੋ ਅੱਜ ਦਾ ਹੈ ਪੰਜਾਬ ਦੀ ਜਨਰੇਸ਼ਨ ਆ ਜ਼ਿਆਦਾਤਰ ਤੁਹਾਨੂੰ ਪਤਾ ਬਾਹਰ ਦੀ ਰੁਝਾਨ ਹੋਇਆ ਪਿਆ ਪਰ ਹੁਣ ਜਿੰਨੇ ਵੀ ਮੁੰਡੇ ਇਹ ਜਾਣੀ ਇਹ ਜੋ ਵੀ ਵੱਖਰਾ ਕਰ ਰਿਹਾ ਕੋਈ ਬਾਹਰੋਂ ਆ ਕੇ ਕਰ ਰਿਹਾ ਇੱਥੇ ਵਾਲਾ ਕਿਉਂ ਨਹੀਂ ਕਿਉਂਕਿ ਇਹਨੇ ਇੱਥੇ ਦੇਖਿਆ ਨਹੀਂ ਹੈਗਾ ਨਾ ਹਰ ਇੱਕ ਨੂੰ ਐਵੇਂ ਬਾਹਰ ਪਤਾ ਨਹੀਂ ਗਈ ਆ ਬਾਹਰ ਬਾਹਰ ਨੂੰ ਜਾਈ ਜਾਂਦੇ ਨਹੀਂ ਪਰ ਫਿਊਚਰ ਹੈ ਜੇ ਬੰਦਾ ਉਰੇ ਹਾਰਡ ਵਰਕ ਕਰੇ ਉਰੇ ਜੇ ਆਪਾਂ ਕੰਮ ਕਰਨਾ ਸੋਚ ਆਪਾਂ ਨੂੰ ਬਾਹਰ ਹੀ ਰੱਖਣੀ ਪੈਣੀ ਆ ਤਾਂ ਨਹੀਂ ਸਾਨੂੰ ਜੇ ਉੱਧਰ ਅਸੀਂ 8 ਤੋਂ 16 ਤੋਂ 18 ਘੰਟੇ ਕਾ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਉਰੇ ਕਰਨਾ ਪੈਣਾ ਫਿਰ ਉਹਦੇ ਬਰਾਬਰ ਜਾਵਾਂਗੇ ਜੇ ਆਪਾਂ ਉਹੀ ਉਰੇ ਇੱਕ ਦਿਨ ਕੰਮ ਕੀਤਾ 4 ਦਿਨ ਕੀਤਾ ਨਹੀਂ ਕਿਤੇ ਰਿਸ਼ਤੇਦਾਰੀ ਚਲੇ ਗਏ ਫਿਰ ਕੋਈ ਫਿਊਚਰ ਨਹੀਂ ਹੈਗਾ ਜੀ ਪਰ ਕੰਮ ਸਾਨੂੰ ਸੇਮ ਬਾਹਰ ਮੰਗਦਾ ਸਾਡੇ ਤੋਂ ਜੀ ਅਸੀਂ ਪੰਜਾਬ ਐਗਰੋ ਨਾਲ ਜੁੜੇ ਹੈ ਜੀ ਸਾਡੇ ਕੋਲ ਹੁਣ ਪੰਜਾਬ ਐਗਰੋ ਦਾ ਸੈਕਿੰਡ ਸਰਟੀਫਿਕੇਟ ਔਰਗੈਨਿਕ ਬਣ ਕੇ ਆ ਗਿਆ ਜੀ ਅਤੇ ਸਾਡੇ ਤੋਂ ਨਾਭੇ ਤੋਂ ਸਾਡੇ ਡਾਕਟਰ ਸੁਰਿੰਦਰ ਜੀ ਸਾਨੂੰ ਬਹੁਤ ਗਾਈਡ ਕਰਦੇ ਜੀ ਅਸੀਂ ਖੁਦ ਆਪਦੀ ਔਰਗੈਨਿਕ ਖੇਤੀ ਕਰਦੇ ਜੀ ਇਹਨਾਂ ਦੀ ਦੇਖਰੇਖ 'ਚ ਕਰਦੇ ਅਸੀਂ ਫਸਟ ਟਾਈਮ ਇਹ ਸਟਾਰਟ ਕੀਤਾ ਜੀ ਪਹਿਲਾਂ ਤਾਂ ਅਸੀਂ ਆਪਣੀ ਜਾਣੀ ਖੇਤ 'ਚ ਲਾਇਆ ਸੀ ਹੈ ਨਾ ਖੇਤ ਤੋਂ ਫਿਰ ਸਾਡੇ ਨਾਲ ਕਸਬਾ ਸੀ ਉੱਥੇ ਚਲੇ ਗਏ ਅਤੇ ਕਸਬੇ ਤੋਂ ਬਾਅਦ ਫਿਰ ਅਸੀਂ ਆਹ ਜਗ੍ਹਾ 'ਤੇ ਆਏ ਅਤੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਲਈ ਇੱਥੇ ਇੰਨਾ ਵਧੀਆ ਜਾਣੀ ਰਿਸਪੋਂਸ ਸਾਨੂੰ ਮਿਲ ਗਿਆ ਅਤੇ ਸਾਨੂੰ ਇੱਥੋਂ ਗਾਹਾਂ ਜਾਣੇ ਨਹੀਂ ਪਿਆ ਹੈ ਨਾ ਜਾਂ ਸ਼ਾਮ ਨੂੰ ਜਾਂਦੇ ਸੀ ਕਿਉਂਕਿ ਸ਼ਾਮ ਨੂੰ ਇੱਧਰ ਰੋਡ 'ਤੇ ਰਸ ਘੱਟ ਜਾਂਦਾ ਅਤੇ ਜਦੋਂ ਅਸੀਂ ਸਟਾਰਟ ਕੀਤਾ ਸੀ ਜਾਣੀ ਲੋਕ ਸਾਡੇ ਰਿਸ਼ਤੇਦਾਰ ਵੀ ਅਤੇ ਮੈਂ ਪਹਿਲਾਂ ਵੀ ਤੋਂ ਚੱਕਿਆ ਵੀ ਸਾਡੇ ਘਰ ਦੇ ਵੀ ਟੁੱਟ ਗਏ ਸੀ ਮੇਰੇ ਨਾਲ ਉਹ ਵੀ ਕਹਿੰਦੇ ਸੀ ਯਾਰ ਹੁਣ ਤੂੰ ਬਾਹਰ ਇੰਨਾ ਟਾਈਮ ਲਾ ਕੇ ਆ ਮੇਰੇ ਕੋਲ ਹੁਣ ਵੀ ਜੇ ਮੈਂ ਅੱਜ ਵੀ ਕੈਨੇਡਾ ਹੁਣ ਜਿਵੇਂ ਆਪਣੇ ਲੋਕ ਸਾਰੇ ਪੰਜਾਬ ਦੇ ਕੈਨੇਡਾ ਜਾਂਦੇ ਆ ਨਾ ਜੇ ਅੱਜ ਵੀ ਮੈਂ ਕੈਨੇਡਾ ਜਾਣਾ ਹੋਵੇ ਤਾਂ ਮੇਰੇ ਲਈ ਜਾਣਾ ਬਹੁਤ ਈਜ਼ੀ ਆ ਕਿਉਂਕਿ ਮੇਰੇ ਕੋਲ ਅਮੈਰੀਕਨ ਸਾਡਾ ਲਾਇਸੈਂਸ ਬਣਿਆ ਹੋਇਆ ਡਰਾਈਵਿੰਗ ਦਾ ਨਾ ਇੰਟਰਨੈਸ਼ਨਲ ਕਦੋਂ ਵੀ ਆਪਾਂ ਕੈਨੇਡਾ ਜਾ ਸਕਦੇ ਹਾਂ ਪਰ ਨਹੀਂ ਮੈਂ ਸੋਚਦਾ ਫਿਊਚਰ ਇੱਥੇ ਹੀ ਆ ਪੰਜਾਬ ਦੇ ਵਿੱਚ ਜੇ ਆਪਾਂ ਕੰਮ ਕਰਾਂਗੇ ਅਤੇ ਪਰ ਲੋਕਾਂ ਦਾ ਨਜ਼ਰੀਆ ਹੁਣ ਬਹੁਤ ਚੇਂਜ ਹੋ ਗਿਆ ਜੀ ਕਿਉਂਕਿ ਹੁਣ ਮੈਨੂੰ ਦੇਖ ਕੇ ਹੋਰ ਵੀ ਬਹੁਤ ਮੁੰਡੇ ਕਰ ਰਹੇ ਨੇ ਤਕਰੀਬਨ ਮੈਨੂੰ ਦੇਖ ਕੇ ਜੀ ਪੰਜਾਬ ਦੇ ਵਿੱਚ 13 ਜੂਸ ਬੈਨਾਂ ਬਣ ਗਈਆਂ ਜੀ ਪੰਜਾਬ ਤੋਂ ਬਾਹਰ 2 ਹਰਿਆਣੇ 'ਚ ਬਣ ਗਏ ਜੀ ਇੱਕ ਹੁਣ ਰਾਜਸਥਾਨ 'ਚ ਬਣ ਰਹੀ ਅਤੇ ਬਹੁਤ ਵਧੀਆ ਰਿਸਪੋਂਸ ਆ ਜੀ ਹੁਣ ਆਪਾਂ ਕੋਈ ਵੀ ਕੰਮ ਨਵਾਂ ਸ਼ੁਰੂ ਕਰਦੇ ਹਾਂ ਉਹ ਇਹ ਤਾਂ ਹੈ ਨਹੀਂ ਵੀ ਅੱਜ ਆਪਾਂ ਕੋਈ ਚੀਜ਼ ਬਣਾਈਏ ਜੇ ਉਹਨੇ ਅੱਜ ਚੱਲ ਪੈਣਾ ਦੇਖੋ ਟਾਈਮ ਲੱਗਦਾ ਹੈ ਨਾ ਅੱਜ ਜੇ ਕੋਈ ਉਡਾਨੀ ਉਰੀ ਬਣੇ ਬੈਠੇ ਨੇ ਉਹ ਕਿਹੜਾ ਜੀ ਹੁਣ ਇੱਕ ਦਿਨ 'ਚ ਬਣ ਗਏ ਕਿਸੇ ਟਾਈਮ ਉਹ ਵੀ ਕਹਿੰਦੇ ਵੀ ਮੈਂ ਸੁਣਿਆ ਕਹਿੰਦੇ ਤੇਲ ਹੀ ਪਾਉਂਦੇ ਹੁੰਦੇ ਸੀ ਉਹ ਵੀ ਪੰਪਾਂ 'ਤੇ ਅੱਜ ਦੇਖੋ ਜੀ ਕਿਤੇ ਲਗਾਤਾਰ ਤਾਂ ਸਾਨੂੰ ਲੱਗਣਾ ਪੈਣਾ ਹੈ ਨਾ ਦੇਖੋ ਸਾਡਾ ਇਹੋ ਜਿਹਾ ਕੰਮ ਅਸੀਂ ਮਹੀਨੇ ਦੇ ਵਿੱਚ ਅਸੀਂ ਕੱਲ੍ਹ ਛੁੱਟੀ ਕਰੀ ਇੱਕ ਸਿਰਫ ਇੱਕ ਮਹੀਨੇ ਦੇ ਵਿੱਚ ਅਸੀਂ ਇੱਕ ਛੁੱਟੀ ਕਰਦੇ ਹਾਂ ਬਸ ਉਹ ਵੀ ਕੱਲ੍ਹ ਅਸੀਂ ਛੁੱਟੀ ਕਾਹਦੀ ਕਰਤੀ ਸਾਨੂੰ ਘੱਟੋ ਘੱਟ ਮੈਨੂੰ ਸ਼ਾਮ ਤੱਕ 60-65 ਕਾਲਸ ਆ ਗਈਆਂ ਨੇ ਸ਼ਾਮ ਤੱਕ ਕਹਿੰਦੇ ਯਾਰ ਤੁਸੀਂ ਅੱਜ ਆਏ ਕਿਉਂ ਨਹੀਂ ਹੈਗੇ ਅੱਜ ਤਾਂ ਜ਼ਰਾ ਛੁੱਟੀ ਸੀ ਇਹਦਾ ਜੂਸ ਪੀਣ ਕੱਲ੍ਹ ਇੱਕ ਬੰਦਾ ਚੰਡੀਗੜ੍ਹ ਤੋਂ ਆਇਆ ਸਪੈਸ਼ਲ ਜੂਸ ਪੀਣ ਉਹ ਫੈਮਿਲੀ ਲੈ ਕੇ ਆਏ ਜੀ ਉਹ ਕਹਿੰਦਾ ਵੀਰੇ ਤੇਰੇ ਘਰ ਹੀ ਆਇਆ ਨਾ ਯਾਰ ਮੈਂ ਉਹਨੇ ਕੁਦਰਤੀ ਘਰੇ ਵੀ ਨਹੀਂ ਹੈਗੇ ਕਿਉਂਕਿ ਚੰਡੀਗੜ੍ਹ ਤੋਂ ਆ ਕੇ ਨਾਭੇ ਤੋਂ ਚਲਾ ਖਾਲੀ ਮੁੜ ਗਿਆ ਇਹਦੀ ਲਗਾਤਾਰ ਬਹੁਤ ਜ਼ਰੂਰੀ ਹੈ ਨਾ ਇਹਦੇ ਵਿੱਚ ਕੰਮ ਦੇ ਵੀ ਸਾਨੂੰ ਲਗਾਤਾਰ ਲੱਗੇ ਰਹਾਂਗੇ ਕਿਉਂਕਿ ਤੁਹਾਡਾ ਕਸਟਮਰ ਜੁੜਦੇ ਆ ਅਤੇ ਬਾਕੀ ਤੁਹਾਡੀ ਆਟੋਮੈਟਿਕ ਰੂਟੀਨ ਬਣ ਜਾਂਦੀ ਜੇ ਆਪਾਂ ਲਗਾਤਾਰ ਕਰਾਂਗੇ ਇਸ ਹਿਸਾਬ ਨਾਲ ਸਾਡਾ ਕੰਮ ਗਰੋ ਕਰ ਰਿਹਾ ਸਾਨੂੰ ਐਂ ਲੱਗਦਾ ਵੀ ਆਉਣ ਵਾਲੇ ਟਾਈਮ ਸਾਨੂੰ ਕੰਪਨੀਆਂ ਬਣਾਉਣੀਆਂ ਪੈਣੀਆਂ